ਜਦੋਂ ਤੀਸਰਾ ਦਿਨ ਆਇਆ ਤੇ ਅਸਾਂ ਠਾਂਗਰ ਨੂੰ ਕਿਹਾ ਯਾਰ ਉਹਨੂੰ ਵੀ ਬੁਲਾ ਲਓ ਜਿਹੜਾ ਉਹਨੂੰ ਲਾਹ ਕੇ ਆਇਆ ਘਰ। ਜਦੋਂ ਰਿਕਸ਼ੇ ਵਾਲੇ ਨੂੰ ਠਾਂਗਰ ਨੇ ਫੋਨ ਕੀਤਾ ਤੇ ਉਹਨੇ ਮੈਨੂੰ ਲੱਭਣਾ ਸ਼ੁਰੂ ਕਰ ਦਿੱਤਾ ਰਿਕਸ਼ੇ ਵਾਲੇ ਜੀ। ਮੈਂ ਇੱਕ ਘਰ 'ਚ ਬਹਿ ਕੇ ਗਲੀ ਦੀ ਵੀਡੀਓ ਦੇਖ ਰਿਹਾ ਸਾਂ ਕੈਮਰੇ ਦੀ। ਮੈਂ ਉੱਥੋਂ ਆਇਆ, ਮੈਂ ਕਿਹਾ ਜੀ ਸਰ ਆਉਂਦੇ ਆਓ ਉੱਪਰ ਮੇਰੇ ਘਰ ਮੈਂ ਗਿਆ ਹਾਂ। ਉਸਨੇ ਕਿਹਾ ਭਾਈ ਮੈਂ ਆਪਸੇ ਮਾਫੀ ਚਾਹਤਾ ਹੂੰ, ਉਸਨੇ ਦੁਕਾਨ ਮੇਂ ਸੇ ਚੀਜ਼ ਖੜੀ ਹੈ। ਤੋ ਪਹਿਲੇ ਕਿਉਂ ਨਹੀਂ ਬਤਾਇਆ ਉਸਨੇ? ਬਸ ਵੋ ਸ਼ਾਮਲ ਹੈ ਨਾ ਸਰ, ਵੋ ਉਸਕੋ ਫੈਂਕ, ਉਸਨੇ ਹੀ ਜਗ੍ਹਾ ਨਾਲੇ ਕੀ ਬਤਾਈ ਹੈ ਜਹਾਂ ਫੈਂਕਾ ਹੈ ਰਿਕਸ਼ੇ ਵਾਲੇ ਨੇ। ਉਸਨੇ ਯੇ ਵੀ ਬਤਾਇਆ ਕਿ ਜਬ ਆਪ ਚੀਜ਼ ਲੈਣੇ ਕੇ ਲਈ ਆਏ ਤੋ ਬੱਚਾ ਅੰਦਰ ਥਾ। ਹਾਂ, ਯੇ ਉਸਨੇ ਬਤਾਇਆ ਜੀ। ਤੋ ਇਸਕਾ ਮਤਲਬ ਵੋ ਵੀ ਸ਼ਾਮਿਲ ਥਾ? ਸ਼ਾਮਿਲ ਥਾ। ਤੋ ਸਰ ਜਬ ਉਸਕਾ ਵਾਲਦ ਵੀ ਸ਼ਾਮਿਲ ਹੈ, ਉਸਕਾ ਵਾਲਦ ਔਰ ਵੋ ਹੈ ਮੈਂ, ਮੇਰੀ ਬੇਗਮ ਔਰ ਮੈਂ ਪਾਉਂ ਨਹੀਂ ਛੋੜੇ ਤੇ ਠੰਦਰ ਮੁਝੇ ਕਹਿ ਰਿਹਾ ਕਿਉਂ ਇਸਕੇ ਪਾਉਂ ਪਕੜ ਰਹੇ ਹੋ। ਮੈਂ ਕਿਹਾ ਯਾਰ ਸਾਨੂੰ ਕਿਸੇ ਨਾਲ ਪਰਚਾ ਨਹੀਂ ਕਰਾਉਣਾ, ਅਸੀਂ ਆਪਣਾ ਪੁੱਤਰ ਲੈਣਾ। ਅਤੇ ਸਰ ਉਹਨੇ ਸਾਡੀ ਗੱਲ ਨਹੀਂ ਸੁਣੀ, ਜੋ ਠੰਦਰ ਨੇ ਉਹਨੂੰ ਫੋਨ ਕੀਤਾ, ਉਹਨੇ ਮੈਨੂੰ ਬੁਲਾਇਆ, ਉਹਨੇ ਕਿਹਾ ਇਮਰਾਨ ਨੇ ਇੱਕ ਦੁਕਾਨ 'ਚੋਂ ਚੀਜ਼ ਖੜੀ। ਅਤੇ ਸਰ ਭਾਈ ਪਹਿਲਾਂ ਦੱਸੋ ਮੇਰਾ ਕੋਈ ਕਸੂਰ ਹੈ? ਮੈਂ ਤਾਂ ਰਿਕਸ਼ਾ ਡਰਾਈਵਰ, ਮੈਂ ਉਹਨੂੰ ਕਿਹਾ ਮੈਂ ਤੈਨੂੰ ਛੱਡਦਾ ਹੈਗਾ, ਤੂੰ ਮੈਨੂੰ ਸੱਚਾ ਮੇਰਾ ਪੁੱਤਰ ਚਾਹੀਦਾ, ਅੱਜ 4 ਦਿਨ ਹੋ ਗਏ ਨੇ ਯਾਰ, ਮੇਰਾ ਪੁੱਤਰ ਦੀ ਕੋਈ ਥੋੜ੍ਹੀ ਜਿਹੀ ਖਬਰ ਦੇ ਦੇ ਕਿ ਉਹ ਜ਼ਿੰਦਾ, ਕਿ ਉਹਦੀ ਡੈਥ ਹੋ ਗਈ ਹੈ, ਕੀ ਚੱਕਰ ਹੈ, ਇਮਰਾਨ ਨਾਲ ਲੈ ਗਿਆ, ਉਹਨੂੰ ਥੋੜ੍ਹੀ ਜਿਹੀ ਕੋਈ ਖਬਰ ਦੇ ਦੇ। ਉਹਨੇ ਕਿਹਾ ਜੀ ਉਹਨੇ ਤੁਹਾਡੇ ਬੱਚੇ ਨੂੰ ਨਹੀਂ ਖੜਿਆ, ਉਹਨੇ ਇੱਕ ਤੋੜਾ ਖੜਿਆ ਐਡਾ ਵੱਡਾ, ਉਹਦੇ ਉੱਤੇ ਟੇਪਾਂ ਚੜੀਆਂ ਸਰ ਕਾਲੇ ਰੰਗ ਦਾ, ਅਤੇ ਉਹ ਜਾ ਕੇ ਨਾ ਉਹ ਮੇਰੇ ਨਾਲ ਨਾਲੇ 'ਚ ਸੁੱਟ ਕੇ ਆਇਆ। ਯਾਨੀ ਰਿਕਸ਼ੇ ਵਾਲੇ ਨੇ ਆਪਕੋ ਬਤਾਇਆ ਕਿ ਉਸਕਾ ਸਿਰਫ ਇਤਨਾ ਮਾਮਲਾ ਹੈ ਕਿ ਉਸਨੇ ਘਰ ਵਹਾਂ ਦੁਕਾਨ ਸੇ ਕੋਈ ਬੋਰੀ ਉਠਾਈ ਹੈ, ਉਸਕੇ ਉੱਪਰ ਟੇਪ ਲਪੇਟੀ ਵੀ ਥੀ ਔਰ ਉਸਨੇ ਨਾਲੇ ਮੇਂ ਜਾ ਕੇ ਫੇਂਕ ਦੀ। ਤੋ ਨਾਲਾ ਕਿੰਨੇ ਕਿਲੋਮੀਟਰ ਸਰ? ਛੋਟੇ 2 ਨਾਲੇ ਮਾਰੇ ਸਾਥ ਹੈ, ਵੋ ਬੜਾ ਨਾਲਾ ਹਮਸੇ 2.5 ਕਿਲੋਮੀਟਰ 3 ਦੂਰ ਹੈ, ਵੋ ਵਹਾਂ ਜੰਗਲ ਮੇਂ ਫੇਂਕਨੇ ਗਿਆ ਹੈ। ਤੋ ਜਬ ਹਮਨੇ ਉਧਰ ਕੀ ਵੀਡੀਓ ਲੀ ਹੈ ਤੋ ਪੂਰੀ ਵੀਡੀਓ ਮੇਂ ਆਇਆ ਕਿ ਰਕਸ਼ਾ ਉਧਰ ਖੜਾ ਹੁਆ ਹੈ। ਤੋ ਸਰ ਵੋ ਜੋ ਰਕਸ਼ੇ ਵਾਲਾ ਹੈ ਨਾ, ਉਸਨੇ ਜਬ ਮੁਝੇ ਬਤਾਇਆ ਤੋ ਮੈਂ ਠੰਦਰ ਕੇ ਪਾਸ ਗਿਆ ਹੂੰ। ਮੈਨੇ ਕਿਹਾ ਸਰ 4 ਦਿਨ ਹੋ ਗਏ ਹੈ, ਹਮ ਦੋਨੋਂ ਜੀ ਜਬ ਉੱਠਦੇ ਹੈ, ਜਦੋਂ ਦੋਨੋਂ ਜੀ ਉੱਠਦੇ ਹੈ ਸੁਬਹਾ ਹਮਾਰਾ ਬੱਚਾ ਮੈਂ ਨਜ਼ਰ ਨਹੀਂ ਆਤਾ, ਹਮ ਰੋਤੇ ਹੋਏ ਠਾਣੇ ਗਏ ਹੈ ਦੋਨੋਂ, ਤੋ ਹਮੇਂ ਤਸ਼ਵੀਸ਼ੀ ਕਹਿਤਾ ਹੈ, ਹਮੇਂ ਤਸ਼ਵੀਸ਼ੀ ਕਹਿਤਾ ਮੇਰੀ ਬੇਗਮ ਕੋ, ਜਾ ਬੀਬੀ ਜੋ ਹੁੰਦਾ ਹੀ ਕਰ ਲੈ, ਅਸੀਂ ਠਾਣੇ ਬਹਿ ਕੇ ਤਫਸ਼ੀਸ਼ ਕਰਨੀ ਹੈ। ਕਿਸਨੇ ਕਿਹਾ ਥਾ ਆਪਕੋ? ਨਾਸਰ ਬਾਜਵਾ ਸਾਹਿਬ ਨੇ ਕਿਆ ਕਹਾ ਥਾ? ਉਹਦਾ ਨਾਂ ਹੈ ਹਸਨੈਨ। ਜੋ ਮਰਜ਼ੀ ਆਏ ਸਰ, ਮੈਂ ਪੀਟ ਕੇ ਆਈ ਹੂੰ। ਬਾਜਵਾ ਸਾਹਿਬ ਅਸਲਾਮ ਅਲੈਕੁਮ। ਇਨਕੀ ਜੋ ਤਫਤੀਸ਼ ਹੈ ਵੋ ਬੜੀ ਪੁਲਿਸ ਉਸਮੇ ਤਮਾਮ ਆਪਣੀ ਮੁਕੰਮਲ ਔਰ ਪੂਰੀ ਮਿਹਨਤ ਕੇ ਸਾਥ ਤਫਤੀਸ਼ ਕਰ ਰਹੀ ਹੈ। 5-6 ਦਿਨ ਜੋ ਆਪਰੇਸ਼ਨ ਵੀ ਕੀਆ ਗਿਆ ਬੱਚੇ ਕੀ ਡੈਡ ਬਾਡੀ ਕੋ ਢੂੰਢਣੇ ਕੇ ਲੀਏ, ਅਭੀ ਵੀ ਕੋਸ਼ਿਸ਼ਾਂ ਜਾਰੀ ਹੈਂ। ਐਸ ਪੀ ਸਾਹਿਬ ਨੇ 3 ਟੀਮੇਂ ਬਣਾਈ ਹੋਈ ਹੈ ਜੋ ਦਿਨ ਰਾਤ ਮਿਹਨਤ ਕਰ ਰਹੀ ਹੈ ਔਰ ਮੁਲਜ਼ਮਾਨ ਕੋ ਵੀ ਪਕੜਨੇ ਕੀ ਮੁਕੰਮਲ। ਅੱਛਾ ਬਾਜਵਾ ਸਾਹਿਬ, ਇਹ ਜੋ ਆਪਰੇਸ਼ਨ ਹੈ ਇਸਮੇ 1122 ਵੀ ਹੈ ਔਰ ਦੀਗਰ ਇੰਤਜ਼ਾਮੀਆ ਕੇ ਲੋਕ ਵੀ ਹੈ, ਤੋ ਕਿਆ ਕਹਾ ਜਾ ਰਹਾ ਹੈ ਉਸ ਜਗ੍ਹਾ ਕੀ ਨਿਸ਼ਾਨਦੇਹੀ ਹੋਗੀ ਜਹਾਂ ਪੇ ਉਸਨੇ ਉਸ ਬੱਚੇ ਕੋ ਯਾ ਉਸ ਤੋੜੇ ਕੋ ਫੇਂਕਾ? ਮੈਂ ਆਪਕੋ ਬਾਅਦ ਮੇਂ ਤਫਸੀਲ ਬਤਾ ਦੂੰ। ਥੈਂਕ ਯੂ। ਆਓ ਜੀ ਬਾਜਵਾ ਸਾਹਿਬ, ਸਿਰਫ ਇਤਨੀ ਬਤਾ ਦੇ, ਸਿਰਫ ਇਤਨੀ ਬਤਾ ਦੇ ਬਾਜਵਾ ਸਾਹਿਬ, ਬਾਜਵਾ ਸਾਹਿਬ ਸਿਰਫ ਇਤਨੀ ਇਸ ਹਵਾਲੇ ਸੇ ਸਿਰਫ ਬਤਾ ਦੇ, ਆਪ ਨਾ ਕਰੇ ਬਦਤਮੀਜ਼ੀ ਨਾਲ। ਇੱਕ ਮਿੰਟ ਮੈਂ ਸਿਰਫ ਬਾਤ ਕਰ ਲੂੰ ਤਾਂ ਕਿ ਉਨਕਾ ਮੌਕਫ ਆ ਜਾਏ। ਬਾਜਵਾ ਸਾਹਿਬ, ਯੇ ਆਪਰੇਸ਼ਨ ਮੇਂ ਇੰਤਜ਼ਾਮੀਆ ਹੈ ਸ਼ਾਮਿਲ? ਬਾਜਵਾ ਸਾਹਿਬ ਕੋਈ ਕਿਸੀ ਵੀ ਸਵਾਲ ਕਾ ਜਵਾਬ ਦੀਏ ਬਗੈਰ ਜੋ ਹੈ ਵੋ ਯਹਾਂ ਸੇ ਚਲੇ ਗਏ ਹੈ ਜੀ। ਬਾਜਵਾ ਸਾਹਿਬ ਨੇ ਕਿਆ ਕਹਾ ਥਾ? ਨਾਲੇ ਪੇ ਗਈ ਹੂੰ, ਵਹਾਂ ਪੇ ਦੁਆ ਕਰਕੇ ਆਈ ਹੂੰ, ਮੈਂ ਖੁਦ ਨਾਲੇ ਪੇ ਗਈ ਹੂੰ। 4 ਵਜੇ ਬੰਦ ਕਰ ਦੀ ਗਈ ਹੈ ਕਰੇਨ, ਔਰ ਕਹਾ ਜਾ ਰਿਹਾ ਕਿ ਵਹਾਂ ਪੇ ਮਜਲਿਸ ਹੈ, ਉਹ ਬੰਦਿਆ ਸਾਡੀ ਦਿਹਾੜੀ ਸਾਨੂੰ ਸਾਹਮਣੇ ਆ ਰਿਹਾ ਸਰ, ਇਫਤਤਾਹ ਕਰਨ। ਪੁਲਿਸ ਨੂੰ ਮੇਰੇ ਕੋਲੋਂ ਹਟਾ ਕੇ ਉੱਥੇ ਖੜਿਆ ਗਿਆ, ਵਾਸਾਂ ਨੂੰ ਉੱਥੇ ਰੋਟੀ ਖਵਾਉਣ ਵਾਸਤੇ ਖੜਿਆ ਗਿਆ। ਤੁਸੀਂ ਸਰ ਮੇਰੀ ਵਜ਼ੀਰੇ ਆਲਾ ਅੱਗੇ ਗੁਜ਼ਾਰਿਸ਼ ਹੈ ਕਿ ਵਜ਼ੀਰੇ ਆਲਾ ਸਾਹਿਬ ਤੁਸਾਂ ਵੇਖਿਆ ਨਹੀਂ ਉਹਦੀ ਆਕੜ, ਇਹਨਾਂ ਨੇ ਕੀ ਤਫਸ਼ੀਸ਼ ਕਰਨੀ ਹੈ ਸਰ ਉਹਨਾਂ ਨੇ ਕੀ ਤਫਸ਼ੀਸ਼ ਕਰਨੀ ਹੈ ਵਜ਼ੀਰੇ ਆਲਾ ਸਾਹਿਬ? ਬਾਜਵਾ ਸਾਹਿਬ ਜਵਾਬ ਕਿਉਂ ਨਹੀਂ ਦੇਖੇ ਗਏ, ਕਿਆ ਵਜ੍ਹਾ ਸਰ? ਇਹ ਹਮੇਂ ਬਿਸਤ ਕਰ ਰਹੇ ਹੈ, ਖਾ ਰਹੇ ਹੈ ਪਰਾਟੋ ਪੇ, ਲੋਕ ਆ ਰਹੇ ਹੈ ਉਨਕੇ ਪਿੱਛੇ ਪਰਾਟੋ ਪੇ, ਮੇਰੇ ਪਤਾ ਨੀ ਕਿਸ ਤਰ੍ਹਾਂ ਪਾਲਾ ਹੋਇਆ ਹੈ, ਮਿਹਨਤ ਮਜ਼ਦੂਰੀਆਂ ਕਰ ਕਰਕੇ ਪਾਲ ਰਹੇ ਹਮ ਬੱਚੋ ਕੋ।
मेरा क्या गुनाह है इसमें कि मैं सड़क पे आगे बैठी हूँ फिर भी मेरी मिन्नत है। सर वेखो कैमरा मारो तमाशा साडा वेख रहा नासर हुसैन नासर बाजवा साडा तमाशा वेख रहा हसरे हथा ते हथ मार के वजीर आला साहब ऐ गरीबा ना तुसीं करदे हो सरकार वजीर आला साहब पीटीआई के वर्कर है इमरान खान साहब जब आपको कोई नहीं ना जानता था तब का मेरे पास आपका कार्ड है जो आप अपने एमएनए को देते हैं जो आप अपने एमएनए को देते हैं वो कार्ड मेरे पास है। ये देखिए हम वर्कर हैं मैं भी उनके ये लोग कोई दूर 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 दराज से जो है वो इनके लोग आए हुए और खुसूसन जो है वो इनके साथ इजारे यकजहती भी करें। कहाँ से आए आप? हम सिंध हैदराबाद मीरपुर खास डिग्री के शहर से आए हैं। हमारे बच्चे से इतनी ज्यादती की गई है उस बच्चे के टुकड़े किए गए हैं उससे कौन सी तरकीबकारी की गई है उसके हजार अंदर से निकाले गए हैं मुजरमों को सब पता चल गया है पुलिस को भी पता चल गया यही मुजरम है ऐसी ऐसी दाढ़ियों वाली ऐसी ऐसी शख्सियत उनके लिए आ रही है हम गरीबों की कोई अपील नहीं हो रही। इमरान खान तुमको जिताने वाले हम गरीब हैं ये अमीर लोग नहीं हैं ये किसी तकरीबकार के आदमी हैं बच्चों के दिल गुर्दे निकालने वाले आदमी हैं हम लिख के देते हैं इन पांच आदमियों को नहीं छोड़ा जाए ये हरिपुर के लोग हैं ये जमातों के साथ मिले हुए लोग हैं हम कुरान पढ़ के कहते हैं कि इन लोगों ने तकरीबकारी की है हमारे बच्चों के उजार अंदर से निकाले हैं हाय इमरान खान हम तुझे मातम करें हम तेरा क्या हाल करें हमारी कोई अपील नहीं सुनी जा रही हम पूरे सिंध तक अपनी अपील करेंगे तमाम सिंधी हजरात को अपील करेंगे। मैं बच्चे की खाला लगती हूँ और मैं कराची से आई हूँ छठा मकली शहर में हमारी रिहाइश है मैं एक स्टाफ नर्स हूँ पूरे सिंध में भी ये खबर नशर हुई हुई है और आग की तरह हर जगह पे फैली हुई है और ये कि एक एरिया के बंदे उठ के इस बात को कुछ भी ना लें इसकी नज़रसानी ना करें तो अफसोस होता है ऐसी हुकूमत पे अफसोस होता है। हम गरीब परदेसी हैं हमारी बात कोई नहीं सुनी जा रही हम वज़ीर आज़म के आगे रिक्वेस्ट करते हैं आला अफसरों के आगे रिक्वेस्ट करते हैं कि एक आदमी किस मुल्क से जाके पकड़ के ले आते हो हमारे कातिल को हरिपुर से नहीं पकड़ रहे ये कह रहे आप क्या लगते हैं बेटा? मैं उसका बड़ा भाई हूँ मुझे मेरा छोटा भाई चाहिए मुझे मेरा छोटा भाई चाहिए जहाँ से मर्जी लाग दो मुझे मेरा छोटा भाई चाहिए। ये बड़ा भाई है उस बच्चे का अजान का और अजान जो है वो इसका छोटा भाई था और एक और अजान का भाई है जो अजान की लगभग उम्र का है क्या नाम है? अबू तालिब। अबू तालिब अजान आपसे छोटा था बड़ा था? छोटा था। छोटा था तो क्या हुआ था उस दिन आपको कब पता चला कि अजान गायब हो गया? हमें रात में 4 बजे पता लगा कि वो गायब है हमने ढूंढना शुरू कर दिया फिर 8:30 बजे तक हम ढूंढते रहे फिर 12 बजे वो उनके मामा और बनु भैया आके छोड़ दाने लग के इमरान शाह गुआ हो गया वो कह रहे हैं सुबह 10 बजे हुआ तो मोहल्ले वाले ने कहा 4 बजे इधर था और तब भी हमने पुलिस को बुला के उसे थाने में दे दिया और फिर हम सुबह गए हैं वो टांग पे टांग रख के ना मोबाइल चला रहे थे। कौन? वो इमरान शाह के वो जो मामा है। अच्छा। वो कह रहे थे जो होता है बच्चा लेना है तो ले लो हम नहीं देंगे और ना उन्होंने पैसे उठा लिए थे पुलिस वाले ने मुजरमों को वाला भी नहीं ढके। हाँ जी और वो वैसे ही बैठे हुए थे उन्होंने मोबाइल पे बातें करी जा रहे थे। तो कितना गुस्सा है आपको पुलिस पे? बहुत गुस्सा है। और इमरान शाह वगैरह पे जो कातिल है उन पे भी गुस्सा है वो आएंगे तो हमने हुकूमत को नहीं देना हमने खुद ही मारना है हमने उसको पहले करांते लगाना है फिर हमने बेटा खुद नहीं मारना कानून पे आप भरोसा रखें आपको इंसाफ मिलेगा। ये बच्चों की जुबान है ये बच्चे जो है वो ये एक बहन है छोटी बड़ी बहन है उससे अजान से आप बहन हो अजान की? जी मैं अजान की बहन हूँ बस हमें अजान चाहिए उस कातिलों को पकड़े हमारी सबसे अपील है कि हमारा भाई चाहिए मैं अपने भाई को अपने हाथों से तैयार करके स्कूल भेजती थी उन्होंने मेरे भाई के साथ बहुत बुरा किया है बस हमें मेरी यही अपील है कि हमें हमारा भाई चाहिए। ये इस वक्त जो है वो रोड ब्लॉक किया हुआ इन लोगों ने और इनका कहना है कि इनको इंसाफ चाहिए ना किसी गाड़ी को रास्ता दे रहे हैं और ना किसी को आने जाने दे रहे हैं। आप क्या लगते हैं? मैं अजान का सका मामू जिस दिन का पता चला है हमने बहुत दौड़ भाग की है नाले के ऊपर भी हर चीज तसल्ली की है हमारा बच्चा नहीं मिल रहा हमें तो जैसे धोखे में रखा जा रहा है कि बच्चा इधर फेंक दिया और वो कातिल जो है वो साथ लेके चला गया है
जैसे जैसे वक्त गुजरता जाता है हमारा दिल कहता है कि हमारा बच्चा जिंदा है, मगर हमारी कोई इमदाद नहीं कर रहा। कोई पुलिस वालों के पास किसी के पास चले जाएं तो वो आगे से अपने तौर तरीके से हमारे को फारिग कर देती हैं। जो आदमी पकड़े गए हैं उनके साथ भी हमारी मुलाकात नहीं कोई भी होने देता। अल्लाह जाने जिस आदमी ने कत्ल किया है वो गिरफ्तार हो गया है या नहीं हुआ, हमारे को किसी बात का पता नहीं चलने दे रहे, किसी बात का भी पता नहीं चलने दे रहे, किसी बात का नहीं पता चलने दे रहे। मैं पुलिस का मौकफ थोड़ा सा जान लें बाजवा साहब इसके हवाले से। बाजवा साहब, मैंने अर्ज की थी कि जो इंतजामिया है वो इस वक्त बच्चे को तलाश करने में सरगर्दा है। जी सर। अच्छा बाजवा साहब, पुलिस के मिसबिहेव की ये शिकायत कर रहे हैं खुसूसन आपका नाम लेके,